ਕਹਿੰਦੇ ਨੇ ਬੰਦਾ ਆਪਣੇ ਕਰਮਾਂ ਨਾਲ ਮੌਤ ਤੋਂ ਬਾਅਦ ਸਵਰਗ ਜਾਂ ਨਰਕ ਜਾਂਦਾ, ਪਰ ਧਰਤੀ ਉੱਤੇ ਅਜਿਹਾ ਇਲਾਕਾ ਹੈ ਜਿਸ ਨੂੰ ਦੁਨੀਆ ਦਾ ਨਰਕ ਕਿਹਾ ਜਾਂਦਾ, ਜਿੱਥੇ ਬੰਦਾ ਮੌਤ ਤੋਂ ਬਾਅਦ ਨਹੀਂ ਬਲਕਿ ਜਿਉਂਦੇ ਹੀ ਨਰਕ ਦੇਖਦਾ। ਇਹ ਸੀਰੀਆ ਦੇ ਸ਼ਹਿਰ ਕੋਟਾ ਦੇ ਪੂਰਬੀ ਹਿੱਸੇ ਵਿੱਚ ਹੈ, ਜਿਹੜਾ ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਨੇੜੇ ਹੈ। ਇੱਥੇ 400,000 ਲੋਕ ਹਰ ਪਲ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਹਵਾਈ ਹਮਲਿਆਂ ਨੇ ਸ਼ਹਿਰ ਨੂੰ ਕੰਕਰੀਟ ਵਿੱਚ ਬਦਲ ਦਿੱਤਾ ਹੈ, ਇੱਥੇ ਵਜ੍ਹਾ ਕਰਕੇ ਇਸ ਨਾਲ ਧਰਤੀ ਨੂੰ ਨਰਕ ਕਿਹਾ ਜਾਂਦਾ। ਸੀਰੀਆ ਵਿੱਚ ਪਿਛਲੇ 8 ਸਾਲਾਂ ਤੋਂ ਘਰੇਲੂ ਜੰਗ ਚੱਲ ਰਹੀ ਹੈ। ਕੋਟਾ ਸ਼ਹਿਰ ਵਿਦਰੋਹੀਆਂ ਦੇ ਕਬਜ਼ੇ ਦਾ ਆਖਰੀ ਸ਼ਹਿਰ ਬਚ ਗਿਆ। ਇਸ ਨੂੰ ਮਾਲਮੀਆ ਮੋਟ ਕਰਨ ਵਾਲੇ ਸੀਰੀਆ ਦੇ ਰਾਸ਼ਟਰਪਤੀ ਤਾਨਾ ਸ਼ਾਹ ਵਜੋਂ ਜਾਣਿਆ ਨੇ ਰੂਸ ਨਾਲ ਮਿਲ ਕੇ ਇਨਸਾਨੀਅਤ ਹੀ ਸਿੱਕੇ ਉੱਤੇ ਟੰਗ ਦਿੱਤੀ। ਇਹ ਸ਼ਹਿਰ ਵਿੱਚ ਮਨੁੱਖਤਾ ਦਾ ਕਾਨ ਕੀਤਾ ਜਾ ਰਿਹਾ। ਨਿਊਜ਼ ਏਜੰਸੀ ਮੁਤਾਬਿਕ ਪਿਛਲੇ 3 ਮਹੀਨਿਆਂ ਵਿੱਚ ਈਸਟਰਨ ਕੋਟਾ ਵਿੱਚ 700 ਲੋਕਾਂ ਨੇ ਜਾਨ ਗੁਆਈ, ਜਿਨ੍ਹਾਂ ਵਿੱਚੋਂ 185 ਬੱਚੇ ਨੇ ਅਤੇ 109 ਔਰਤਾਂ ਸ਼ਾਮਿਲ ਨੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 104 ਸਕੁਏਅਰ ਕਿਲੋਮੀਟਰ ਵਿੱਚ ਫੈਲੇ 400,000 ਲੋਕਾਂ ਵਾਲੇ ਇਸ ਸ਼ਹਿਰ ਵਿੱਚ ਅੱਧੀ ਆਬਾਦੀ ਸਿਰਫ ਬੱਚਿਆਂ ਦੀ ਹੈ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ। ਸਾਲ 2013 ਤੋਂ ਸੀਰੀਆ ਸ਼ਾਸਨ ਅਤੇ ਵਿਦਰੋਹੀਆਂ ਵਿੱਚ ਕੋਟਾ ਪੀਸਿਆ ਹੋਇਆ। ਹੁਣ ਤੱਕ ਹਾਲਾਤ ਇਹ ਹੈ ਕਿ ਦੂਸਰੇ ਵਿਸ਼ਵ ਯੁੱਧ ਦੌਰਾਨ ਕਈ ਸ਼ਹਿਰਾਂ ਤੋਂ ਵੀ ਮਾੜੀ ਸਥਿਤੀ ਹੋ ਰਹੀ ਹੈ। ਸ਼ਹਿਰ ਵਿੱਚ ਨਾ ਤਾਂ ਦਵਾਈ ਹੈ, ਨਾ ਹੀ ਖਾਣ ਨੂੰ ਸਮਾਨ ਬਚਿਆ। ਹੱਦ ਤਾਂ ਇਹ ਹੈ ਕਿ ਹੌਸਪੀਟਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ। 2017 ਵਿੱਚ ਰੂਸ ਅਤੇ ਇਰਾਕ ਨੂੰ ਰਜਾਮੰਦੀ ਜਤਾਈ ਸੀ ਕਿ ਇਸ ਇਲਾਕੇ ਵਿੱਚ ਹਿੰਸਾ ਤੋਂ ਦੂਰੀ ਬਣਾਈ ਰੱਖਣਗੇ, ਪਰ ਬੀਤੀ 19 ਫਰਵਰੀ ਨੂੰ ਰੂਸੀ ਜਹਾਜ਼ਾਂ ਉੱਤੇ ਸਵਾਰ ਹੋ ਕੇ ਸੀਰੀਆਈ ਏਅਰਫੋਰਸ ਨੇ ਸ਼ਹਿਰ ਵਿੱਚ ਬੰਬਾਂ ਦਾ ਹੜ ਲਿਆ ਦਿੱਤਾ। ਜਾਣਕਾਰੀ ਮੁਤਾਬਿਕ ਇਹਨਾਂ ਬੰਬਾਂ ਵਿੱਚ ਬਤਕ, ਮੋਰਟਲ, ਬੈਰਲ ਬੰਬ, ਕਲਸਟਰ ਬੰਬ ਅਤੇ ਬੰਬਕ ਤਬਾਹ ਕਰਨ ਵਾਲੇ ਬੰਬਾਂ ਦਾ ਇਸਤੇਮਾਲ ਕੀਤਾ ਗਿਆ। ਬੀਤੀ 25 ਫਰਵਰੀ ਨੂੰ ਸੰਯੁਕਤ ਰਾਸ਼ਟਰ ਵੱਲੋਂ 30 ਦਿਨਾਂ ਦੀ ਸੀਜ਼ਫਾਇਰ ਉੱਤੇ ਰੂਸ ਸਮੇਤ ਤਮਾਮ ਦੇਸ਼ਾਂ ਨੇ ਸਹਿਮਤੀ ਜਤਾਈ ਸੀ, ਪਰ ਫਿਰ ਵੀ 26 ਫਰਵਰੀ ਨੂੰ ਸੀਰੀਆਈ ਫੌਜ ਕਬਜ਼ੇ ਦੇ ਲਈ ਅੱਗੇ ਵੱਧ ਰਹੀ ਹੈ। ਇੰਟਰਨੈਸ਼ਨਲ ਨੇ ਜਿਸ ਤਰ੍ਹਾਂ ਦੀ ਬੰਬ ਦੀ ਬਰਸਾਤ ਹੋ ਰਹੀ ਹੈ ਉਸਨੂੰ ਵਾਰ ਕ੍ਰਾਈਮ ਭਾਵ ਯੁੱਧ ਵਜੋਂ ਕੀਤੇ ਜਾਣ ਵਾਲੇ ਅਪਰਾਧਾਂ ਵਿੱਚ ਰੱਖਿਆ ਜਾ ਸਕਦਾ। ਇਸ ਬੰਬਾਰੀ ਨਾਲ 6 ਹੌਸਪੀਟਲ ਅਤੇ ਸ਼ਹਿਰ ਦੇ ਸਾਰੇ ਮੈਡੀਕਲ ਸੈਂਟਰ ਵੀ ਤਬਾਹ ਕਰ ਦਿੱਤੇ ਗਏ ਨੇ। ਕੋਟਾ ਸੀਰੀਆ ਦੀ ਰਾਜਧਾਨੀ ਤੋਂ ਮਹਿਜ 10 ਕਿਲੋਮੀਟਰ ਦੂਰ ਹੈ, ਇਸ ਲਈ ਸੀਰੀਆ ਦੇ ਰਾਸ਼ਟਰਪਤੀ ਲਈ ਇਸ ਉੱਤੇ ਕਬਜ਼ਾ ਉਸਦੇ ਲਈ ਨੱਕ ਦਾ ਸਵਾਲ ਬਣਿਆ ਹੋਇਆ।